ਸਭ ਤੋਂ ਈਜ਼ੀ ਤਰੀਕਾ ਕੀ ਹੈ ਪਾਪਾ ਨੂੰ ਤੰਗ ਕਰਨ ਦਾ? ਆਈ ਡੋਨਟ ਵਾਂਟ ਟੂ ਟ੍ਰਾਈ ਟੂ ਤੰਗ ਹਿਮ, ਬਟ ਸਭ ਤੋਂ ਈਜ਼ੀ ਤਾਂ ਫੋਨ ਦੇਖੋ, ਗੇਮਾਂ ਖੇਡੋ। ਤੁਹਾਡੇ ਤਿੰਨਾਂ ਬੱਚਿਆਂ ਵਿੱਚੋਂ ਸਭ ਤੋਂ ਜ਼ਿਆਦਾ ਸ਼ਰਾਰਤੀ, ਨੋ ਪਾਪਾ ਕਰਨ ਵਾਲਾ ਕੌਣ? ਫਿਲਹਾਲ ਤਾਂ ਗੁਰਬਾਜ਼ ਹੈ। ਜਿੰਨਾ ਵੀ ਜਿੰਨੇ ਉਹ ਪਾਪਾ ਨਹੀਂ ਬੋਲਣਾ, ਯੈਸ ਪਾਪਾ ਨਹੀਂ ਬੋਲਣਾ। ਕਿੰਨੀ ਵਾਰ ਤੁਸੀਂ ਸੈਲਿਬ੍ਰਿਟੀ ਹੋਣ ਦਾ ਫਾਇਦਾ ਚੁੱਕਿਆ ਸਕੂਲ 'ਚ? ਫਾਇਦਾ ਤਾਂ ਚੁੱਕਿਆ ਨਹੀਂ, ਸਕੂਲ 'ਚ ਸਾਰੇ ਗੋਰੇ ਜੀ ਨਹੀਂ ਨੇ। ਜੱਟ ਨੂੰ ਚੁੜੈਲ ਟੱਕਰੀ, ਸਿੰਘ ਮੀਟ ਗੋਸਟ, ਨੋ 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 ਨੋ, ਸਿੰਘ encounters ghost, yaar mera titliyan warga, my friend is like a butterfly, no my boyfriend is like a butterfly. Yeah. Haan ji, kivein ho tus dono? Theek hai ji. Kivein chali janda? Bas sahi chal raha. Exhaust nahi hoye sveer de interviews? Nahi nahi, matlab you are becoming like your dad. Haan ji, try. Chalo, either that's very nice. ਸੋ ਮੈਂ ਹਾਂ ਸੁਰੀਲੀ ਤੇ ਮੈਂ ਤੁਹਾਨੂੰ ਆਪਣੀ ਟੇਪ 'ਚ ਰਿਕਾਰਡ ਕਰਨ ਆਈ ਹਾਂ। ਤਿਆਰ ਹੋ ਮੇਰੀ ਟੇਪ ਦਾ ਹਿੱਸਾ ਬਣਨ ਲਈ? ਯੈਸ। ਚਲੋ ਫਿਰ, ਸਭ ਤੋਂ ਈਜ਼ੀ ਤਰੀਕਾ ਕੀ ਹੈ ਪਾਪਾ ਨੂੰ ਤੰਗ ਕਰਨ ਦਾ? ਸ਼ਿੰਦੇ, ਇਟਸ ਫੋਰ ਯੂ। ਪਾਪਾ ਨੂੰ ਜ਼ਿਆਦਾ ਤੰਗ ਤਾਂ ਆਈ ਡੋਨਟ ਵਾਂਟ ਟੂ ਟ੍ਰਾਈ ਟੂ ਤੰਗ ਹਿਮ, ਬਟ ਸਭ ਤੋਂ ਈਜ਼ੀ ਤਾਂ ਫੋਨ ਦੇਖੋ, ਗੇਮਾਂ ਖੇਡੋ, ਇੱਦਾਂ ਦੀ ਗੱਲਾਂ, ਜਾਂ ਪੈਟ ਲਈ ਪੁੱਛੋ। ਮੈਨੂੰ ਫਿਰ ਕਹਿੰਦੇ ਨੇ ਨਹੀਂ ਪੈਟ, ਨੋ ਪੈਟ। ਵਾਏ, ਪੈਟ ਕਿਉਂ ਨਹੀਂ ਰੱਖਣ ਦੇ ਰਹੇ ਗਿੱਪੀ ਤੁਸੀਂ? ਲੰਬੀ ਕਹਾਣੀ ਹੈ। ਸਾਡੇ ਕੋਲ ਪਹਿਲਾਂ ਪੈਟ ਸੀਗੇ ਅਤੇ ਬਹੁਤ ਅਟੈਚ ਸੀਗੇ ਉਹ, ਹੁਣ ਲਾਸਟ ਈਅਰ ਦੋਨੇ ਨਹੀਂ ਰਹੇ ਅਤੇ ਮੈਨੂੰ ਇੱਦਾਂ ਕਿ ਬਹੁਤ ਅਟੈਚ ਹੋ ਜਾਂਦੇ ਆ, ਕਿਉਂਕਿ ਕਿਤੇ ਅਸੀਂ ਜਾਣਾ ਆਉਣਾ ਹੁੰਦਾ, ਉਹਨਾਂ ਨੂੰ ਮੈਨੇਜ ਕਰਨਾ ਬੜਾ ਔਖਾ ਹੋ ਜਾਂਦਾ, ਕਿਸੇ ਹੋਰ ਕੋਲ ਛੱਡਦੇ ਹਾਂ, ਪੈਟ ਉਦਾਸ ਹੁੰਦੇ, ਅਪਸੈਟ ਹੁੰਦੇ ਆ, ਅਤੇ ਤਾਂ ਕਰਕੇ ਮੈਂ ਮਨਾ ਕਰਦਾ, ਅਦਰਵਾਈਜ਼ ਤਾਂ ਕੋਈ ਨਹੀਂ। ਚਿੰਦੇ ਦੀ ਕੋਈ ਇਹੋ ਜਿਹੀ ਆਦਤ ਜਿਹਨੂੰ ਵੇਖ ਕੇ ਤੁਹਾਨੂੰ ਇੱਦਾਂ ਮਹਿਸੂਸ ਹੁੰਦਾ ਵੀ ਯਾਰ ਇਹ ਤਾਂ ਮੇਰੇ 'ਚ ਪੱਕਾ ਸੀਗੀ ਛੋਟੇ ਹੁੰਦੇ ਅਤੇ ਇਹ ਤਾਂ ਜਮਾਂ ਹੀ ਮੇਰੇ 'ਤੇ ਗਿਆ? ਹਾਂ, ਵੈਸੇ ਤਾਂ ਬਹੁਤ ਚੀਜ਼ਾਂ ਇੱਦਾਂ ਦੀਆਂ ਹੈਗੀਆਂ, ਕਿਉਂਕਿ ਹੁਣ ਤੋਂ ਹੀ ਮੈਂ ਦੇਖਦਾ ਇਹਦੀ ਡੈਡੀਕੇਸ਼ਨ ਬੜੀ ਆ ਜੀ, ਕੋਈ ਵੀ ਚੀਜ਼ ਇੱਦਾਂ ਦੀ ਹੈਗੀ ਆ ਮੈਂ ਜਿਵੇਂ ਕਰਨੀ ਚਾਹੁੰਦਾ ਹੁੰਦਾ ਸੀ ਤਾਂ ਮੈਂ ਉਹਨੂੰ ਕਰਕੇ ਹਟਦਾ ਸੀ, ਅਤੇ ਇਹਦੇ 'ਚ ਵੀ ਬਹੁਤ ਆ, ਇਹ ਕੋਈ ਚੀਜ਼ ਕਰਦਾ ਵਾ ਤਾਂ ਉਹਨੂੰ ਪ੍ਰੋਪਰ ਕਰਦਾ। ਹੁਣ ਵੀ ਮੈਂ ਇਹਨੂੰ ਕਹਿਣਾ ਹੁੰਦਾ ਕਈ ਵਾਰੀ, ਮੈਂ ਕਿਹਾ ਤੂੰ ਇੰਟਰਵਿਊ ਆ ਰਹਿਣ ਦੇ, ਤੇਰਾ ਤੈਨੂੰ ਜੇ ਵਧੀਆ ਨਹੀਂ ਲੱਗਦਾ ਹੈਗਾ ਜਾਂ ਥੱਕ ਜਾਣਾ ਜਾਂ ਕੁਛ, ਤਾਂ ਨਹੀਂ ਮੈਂ ਕਰਨੀਆਂ ਇਹਨੂੰ ਛੁੱਟੀਆਂ 3-4 ਥੋੜ੍ਹੀਆਂ ਜਿਹੀਆਂ ਮਿਲੀਆਂ ਸੀਗੀਆਂ ਸਕੂਲੋਂ, ਅਤੇ ਉਨੀਆਂ ਛੁੱਟੀਆਂ ਦੇ ਵਿੱਚ ਇਹ ਆਪਣੀਆਂ ਸਾਰੀਆਂ ਚੀਜ਼ਾਂ ਕੋਸ਼ਿਸ਼ ਕਰ ਰਿਹਾ ਕਿ ਮੈਂ ਬਾਇੰਡ ਅਪ ਕਰਕੇ ਜਾਵਾਂ, ਹੈ ਨਾ। ਸੋ ਇਹ ਮੈਨੂੰ ਲੱਗਦਾ ਕਿ ਬਹੁਤ ਜ਼ਿਆਦਾ ਮੇਰੇ ਵਰਗੀ ਚੀਜ਼ ਹੈਗੀ ਆ। ਕਿਆ ਬਾਤ ਹੈ। ਅੱਛਾ ਸ਼ਿੰਦੇ, ਤੁਹਾਡੇ ਅਕੋਰਡਿੰਗ ਗਿੱਪੀ ਫਿਲਮਾਂ 'ਚ ਜ਼ਿਆਦਾ ਵਧੀਆ ਐਕਟਿੰਗ ਕਰਦੇ ਨੇ ਜਾਂ ਰੀਅਲ ਲਾਈਫ ਵਿੱਚ? ਐਕਟਿੰਗ ਤਾਂ ਦੋਨੋਂ 'ਚ ਸਹੀ ਨੇ, ਸਹੀ ਹੈ। ਮੂਵੀ 'ਚ ਤਾਂ ਓਬਵੀਅਸਲੀ ਬੜੀ ਅੱਛੀ ਹੈ, ਅਤੇ ਰੀਅਲ ਲਾਈਫ 'ਚ ਪਾਪਾ ਇਮੋਸ਼ਨਲ ਜਿਹਾ ਤੁਹਾਨੂੰ ਕਰ ਦਿੰਦੇ ਨੇ ਇੱਕ ਸੈਕਿੰਡ 'ਚ। ਯਾ, ਆਈ ਥਿੰਕ ਦੋਨੋਂ 'ਚ ਬੜੀ ਅੱਛੀ ਐਕਟਿੰਗ। ਕਿਆ ਬਾਤ ਹੈ। ਐਜ਼ ਅ ਫਾਦਰ, ਗਿੱਪੀ ਨੂੰ ਸ਼ਿੰਦਾ ਸਕੂਲ 'ਚ ਜ਼ਿਆਦਾ ਵਧੀਆ ਲੱਗਦਾ ਜਾਂ ਔਨ ਸੈਟ? ਮੈਨੂੰ ਹਰ ਉਸ ਚੀਜ਼ 'ਚ ਵਧੀਆ ਲੱਗਦਾ ਵਾ ਜਿੱਥੇ ਇਹਦਾ ਆਪਣਾ ਦਿਲ ਹੁੰਦਾ। ਮੈਨੂੰ ਪਤਾ ਲੱਗ ਜਾਂਦਾ ਕਿ ਹੁਣ ਇਹ ਬੜਾ ਖੁਸ਼ ਹੈ ਕਿ ਬੜਾ ਇਸ ਚੀਜ਼ ਨੂੰ ਕਰਨਾ ਚਾਹੁੰਦਾ। ਜਦੋਂ ਗੇਮ ਖੇਡਦਾ ਹੈ ਬਾਸਕਟਬਾਲ ਨਾਲ ਤਾਂ ਬਹੁਤ ਹੀ ਖੁਸ਼ ਹੁੰਦਾ, ਟੂ ਮੱਚ, ਹੈ ਨਾ, ਅਤੇ ਪੂਰਾ ਲੱਗਿਆ ਹੁੰਦਾ ਜੇ ਵੋ, ਹੈ ਨਾ। ਅਤੇ ਈਵਨ ਜਦੋਂ ਫਿਲਮ ਵੀ ਕਰਦਾ ਵਾ ਤਾਂ ਫਿਲਮ ਦੇ ਲਈ ਬੜਾ ਐਕਸਾਈਟਡ ਹੁੰਦਾ। ਈਵਨ ਜਦੋਂ ਆਹ ਚਿੰਦਾ ਨੋ ਪਾਪਾ ਕਰਨੀ ਸੀ, ਇਹਦੀਆਂ ਛੁੱਟੀਆਂ ਕਰਕੇ ਫਿਲਮ ਅੱਗੇ ਹੁੰਦੀ ਗਈ, ਅੱਗੇ ਹੁੰਦੀ ਗਈ, ਇਹਨੇ ਰੋਜ਼ ਪਾਪਾ ਹੁਣ ਆਪਾਂ ਕਦੋਂ ਕਰਨੀ ਆ ਫਿਲਮ, ਕਰ ਰਹੇ ਹਾਂ ਨਾ ਆਪਾਂ, ਉਹ ਕੋਈ ਹੋਰ ਤਾਂ ਨਹੀਂ ਬੱਚਾ ਕਰ ਰਿਹਾ, ਮੈਂ ਕਰਨੀ ਆ, ਹੈ ਨਾ। ਸੋ ਉਸ ਚੀਜ਼ ਦਾ ਜਦੋਂ ਐਕਸਾਈਟਡ ਹੁੰਦਾ ਤਾਂ ਮੈਨੂੰ ਵਧੀਆ ਲੱਗਦਾ। ਜੇ ਸ਼ਿੰਦੇ ਦੀ ਕੋਈ ਗੈਂਗ ਹੁੰਦੀ ਤੇ ਉਹਨੂੰ ਇੰਡਸਟਰੀ ਦੇ ਵਿੱਚ, ਗੈਂਗ ਇਜ਼ ਨਾਟ ਦ ਵਨ ਦੈਟ ਯੂ ਥਿੰਕ, ਯਾ, ਨੋ ਯਾ, ਦ ਫਰੈਂਡਸ ਗੈਂਗ, ਦ ਕੂਲ ਗੈਂਗ। ਸੋ ਜੇ ਸ਼ਿੰਦੇ ਦੀ ਇੰਡਸਟਰੀ 'ਚ ਕੋਈ ਉਹ ਗੈਂਗ ਦੇ ਵਿੱਚ ਮੈਂਬਰਸ ਉਹਨੂੰ ਪਾਉਣੇ ਹੁੰਦੇ, ਸੋ ਹੂ ਵੁੱਡ ਬੀ ਦ ਮੋਸਟ ਐਲੀਜੀਬਲ ਫੋਰ ਦੈਟ ਗੈਂਗ?
ਜਿੱਦਾਂ ਮੇਰੇ ਇੰਡਸਟਰੀ 'ਚ ਕੌਣ? ਹਾਂ, ਇੰਡਸਟਰੀ ਦੇ ਯਾਰ ਕਿਹੜੇ ਕਿਹੜੇ ਹੁੰਦੇ ਸ਼ਿਵ ਦੇ? ਸੋ ਬੱਚੇ ਤਾਂ ਮੈਨੂੰ ਗੁਰੀ ਬੜਾ ਅੱਛਾ ਲੱਗਦਾ, ਬੜਾ ਨਾਈਸ ਬੱਚਾ, ਬਟ ਉੱਦਾਂ ਤਾਂ ਮੈਨੂੰ ਦਲਜੀਤ ਭਾਜੀ ਅੱਛੇ ਲੱਗਦੇ ਨੇ, ਮੈਨੂੰ ਹੀਨਾ ਦੀਦੀ ਅੱਛੇ ਲੱਗਦੇ ਨੇ, ਸੋਨਮ ਦੀਦੀ, ਸਾਰੇ ਸਹੀ ਨੇ, ਪੂਰੇ ਇੰਡਸਟਰੀ ਨੂੰ ਲੈ। ਤੁਹਾਡੀ ਗੈਂਗ ਦੇ ਚਾਰ ਨਾਮ ਟੌਪ ਹੋ ਸਕਦੇ? ਹਾਂਜੀ। ਓਕੇ, ਗਿੱਪੀ, ਤੁਹਾਡੇ ਤਿੰਨਾਂ ਬੱਚਿਆਂ ਵਿੱਚੋਂ ਸਭ ਤੋਂ ਜ਼ਿਆਦਾ ਸ਼ਰਾਰਤੀ, ਨੋ ਪਾਪਾ ਨੋ ਪਾਪਾ ਕਰਨ ਵਾਲਾ ਕੌਣ ਆ? ਫਿਲਹਾਲ ਤਾਂ ਗੁਰਬਾਜ਼ ਹੈ। ਜਿੰਨਾ ਵੀ ਜਿੰਨੇ ਉਹ ਪਾਪਾ ਨਹੀਂ ਬੋਲਣਾ, ਯੈਸ ਪਾਪਾ ਨਹੀਂ ਬੋਲਣਾ। ਉਹ ਬਹੁਤ ਜ਼ਿਆਦਾ ਆ, ਟੂ ਮੱਚ ਆ, ਅਤੇ ਉਹ ਇਹਨਾਂ ਨੂੰ ਵੀ ਬਹੁਤ ਤੰਗ ਕਰਦਾ, ਮੈਨੂੰ ਤਾਂ ਘੱਟ ਤੰਗ ਕਰਦਾ, ਇਹਨਾਂ ਨੂੰ ਬਹੁਤ ਤੰਗ ਕਰਦਾ, ਛਿੰਦੇ ਨੂੰ ਤਾਂ ਬਹੁਤ ਹੀ ਕਰਦਾ, ਇਹਨਾਂ ਦਾ ਧੂੰਆਂ ਕੱਢ ਕੇ ਰੱਖਦਾ ਉਹ, ਅਤੇ ਮੇਰੇ ਨਾਲ ਤਾਂ ਉਹ ਸਭ ਤੋਂ ਕੂਲ ਤਾਂ ਉਹ ਮੇਰੇ ਨਾਲ ਹੀ ਰਹਿੰਦਾ। ਹਾਂਜੀ, ਗੁਰਬਾਜ਼ ਦੇ ਪੋਡਕਾਸਟ ਦਾ ਪਹਿਲਾ ਸੈਲੀਬ੍ਰਿਟੀ ਬਣ ਕੇ ਕਿੱਦਾਂ ਫੀਲ ਹੋ ਰਿਹਾ ਸ਼ਿੰਦੇ? ਗੁਰਬਾਜ਼ ਦਾ ਪੋਡਕਾਸਟ ਪਹਿਲਾ ਸੈਲੀਬ੍ਰਿਟੀ ਤਾਂ ਮੈਂ ਆਈਡੀਆ ਵੀ ਮੇਰਾ ਹੀ ਸੀ, ਇਟ ਫੀਲਸ ਗੁੱਡ, ਬਟ ਦੇਖਦੇ ਹਾਂ ਜੇ ਹੋਰ ਐਪੀਸੋਡ ਆਏ ਫਿਊਚਰ 'ਚ। ਅੱਛਾ, ਮੰਮੀ ਦੀਆਂ ਕੋਈ ਤਿੰਨ ਪਰਸਨੈਲਿਟੀ ਟ੍ਰੇਟਸ ਜੋ ਤੁਸੀਂ ਚਾਹੁੰਦੇ ਸੀ ਕਿ ਡੈਡੀ 'ਚ ਵੀ ਹੁੰਦੀ ਆ? ਯਾਰ, ਮੈਨੂੰ ਲੱਗਦਾ ਮੰਮਾ ਅਤੇ ਪਾਪਾ ਤਾਂ ਬੜਾ ਸੇਮ ਜਿਹੇ ਨੇ, ਦੋਨੋਂ ਲਵਲੀ ਨੇ, ਫਨੀ ਵੀ ਨੇ, ਫਨੀ ਵੀ ਹੈ ਦੋਨੋਂ, ਸੋ ਜ਼ਿਆਦਾ ਡਿਫਰੈਂਸ ਤਾਂ ਹੈਗਾ ਨਹੀਂ ਪਾਪਾ ਅਤੇ ਮੰਮੀ ਨਾਲ, ਮੰਮਾ ਜ਼ਿਆਦਾ ਘੱਟ ਇਮੋਸ਼ਨਲ ਨੇ, ਪਾਪਾ ਜ਼ਿਆਦਾ ਇਮੋਸ਼ਨਲ ਹੋ ਜਾਂਦੇ ਨੇ, ਸੋ ਯਾ ਜ਼ਿਆਦਾ ਡਿਫਰੈਂਸ ਤਾਂ ਹੈ ਨਹੀਂ। ਸੋ ਤੁਹਾਨੂੰ ਇੱਦਾਂ ਲੱਗਦਾ ਕਿ ਹੀ ਸ਼ੁੱਡ ਬੀ ਮੋਰ �emotional or your mom should be more emotional and vocal about her thoughts? I think mamma should be a little bit more emotional. Mamma jade compact je rehnde ne, papa sanu je vi papa nu kuch cheez hove sanu dass dende ne, so yeah. Acha, so father son duo is more strong? Yeah, I think so. Acha, Gippy, Bollywood se todi har kalakar de naal relationship bahut kaant ne, te hun je apa vekhiye ta Gippy da Bollywood ch good level te sikka jammya hoya hai. ਕੋਈ ਐਸਾ ਕਲਾਕਾਰ ਜਿਹਨੂੰ ਤੁਸੀਂ ਜਾਂਦੀ ਬੰਬੇ ਕਾਲ ਮਾਰੋ ਤੇ ਉਹ ਹਾਜ਼ਰ ਰਹੂਗਾ ਤੁਹਾਡੇ ਲਈ? ਐਦਾਂ ਤਾਂ ਬਹੁਤ ਨੇ ਜਿਨ੍ਹਾਂ ਨਾਲ ਮੈਂ, ਮੇਰਾ ਬਹੁਤ ਵਧੀਆ ਰਿਲੇਸ਼ਨ ਆ, ਬੜਿਆਂ ਨੂੰ ਫੋਨ ਮਾਰਦਾ ਵਾਂ, ਬੜੇ ਬੰਦਿਆਂ ਨੂੰ ਮਿਲਦਾ ਵਾਂ, ਤੇ ਬਟ ਮੇਰੀ ਪ੍ਰੋਬਲਮ ਕੀ ਹੈ ਕਿ ਮੇਰਾ ਬੰਬੇ ਆਪਦਾ ਬਹੁਤਾ ਜ਼ਿਆਦਾ ਦਿਲ ਲੱਗਦਾ ਨਹੀਂ ਹੈ, ਸੋ ਮੈਂ ਜੇ ਮੈਨੂੰ ਕਹਿ ਲਈਏ ਕਿ ਮੈਨੂੰ 10 ਦਿਨ ਦਾ ਕੰਮ ਹੈ ਬੰਬੇ, ਤਾਂ ਮੈਂ ਮੈਕਸੀਮਮ 4 ਦਿਨ ਲੈ ਕੇ ਜਾਂਦਾ, ਮੈਂ 4 ਦਿਨਾਂ 'ਚ ਕੰਮ ਖਤਮ ਕਰਕੇ ਆਊਂਗਾ, ਅਤੇ ਜਾਣ ਤੋਂ ਪਹਿਲਾਂ ਮੈਂ ਫੋਨ ਤਕਰੀਬਨ ਸਾਰਿਆਂ ਨੂੰ ਕਰ ਦਿੰਦਾ ਕਿ ਮੈਂ ਆ ਰਿਹਾ, ਆਪਾਂ ਮਿਲਦੇ ਹਾਂ, ਬਟ ਮੈਂ ਉੱਥੇ ਮਿਲ ਕੇ ਨਹੀਂ ਆਉਂਦਾ, ਫਿਰ ਮੈਨੂੰ ਬਹੁਤ ਗਾਲਾਂ ਵੀ ਪੈਂਦੀਆਂ ਨੇ, ਤੂੰ ਬੋਲਾ ਤਾਂ ਤੂੰ ਆ ਰਹਾ ਹੈ, ਤੂੰ ਘਰ ਰਹਿ ਗਿਆ, ਯੇ ਵੋ, ਮੈਂ ਰਹਿ ਜਾਂਦੀ ਹਾਂ, ਮੇਰੀਆਂ ਮਿਸ ਹੋ ਜਾਂਦੀਆਂ। ਕੋਈ ਨਿਰਾਸ਼ ਤਾਂ ਨਹੀਂ ਹੋਇਆ ਇੱਦਾਂ? ਨਹੀਂ ਨਹੀਂ, ਉਹਨਾਂ ਨੂੰ ਪਤਾ ਮੇਰੀ ਨੇਚਰ ਇੱਦਾਂ, ਮੈਂ ਉਹਨਾਂ ਨੂੰ 10 ਵੀ ਦਿਨਾਂ, ਮੈਂ ਕਿਹਾ ਯਾਰ ਮੇਰੇ ਨਾਲ ਉਰੇ ਆਉਣਾ ਤਾਂ ਮੈਂ ਇੰਨੇ ਕੰਮ ਲੈ ਕੇ ਆ ਜਾਂਦਾ, ਅਤੇ ਮੈਨੂੰ ਆਲਵੇਜ਼ ਹੁੰਦਾ ਕਿ ਮੈਂ ਥੋੜ੍ਹਾ ਟਾਈਮ ਕੱਢੂੰਗਾ ਅਤੇ ਇੱਦਾਂ ਇੱਦਾਂ ਪਲਾਨ ਕਰਾਂਗੇ, ਅਤੇ ਬਟ ਮੈਂ ਕਿਹਾ ਯਾਰ ਉਹ ਸਾਰੇ ਹੌਸ਼ ਵੋਸ਼ ਚੀਜ਼ਾਂ ਉਰੇ ਹੀ ਹੋ ਗਈਆਂ ਇਕੱਠੀਆਂ, ਅਤੇ ਦੈਟਸ ਵਾਈ ਇਹ ਚੀਜ਼ ਹੋ ਗਈ। ਅੱਛਾ ਸ਼ਿੰਦੇ, ਕਿੰਨੀ ਕੁ ਵਾਰ, ਸੱਚੀ ਦੱਸਿਓ ਇਹਦਾ ਜਵਾਬ, ਠੀਕ ਆ, ਨੋ ਲਾਈਸ, ਓਕੇ, ਕਿੰਨੀ ਕੁ ਵਾਰ ਤੁਸੀਂ ਸੈਲੀਬ੍ਰਿਟੀ? ਚਲੋ ਫਿਰ ਰਹਿਣ ਦਿਓ ਕੁਐਸਚਨ, ਰਹਿਣ ਦਿਓ, ਜਾਂ ਨੋ ਲਾਈਸ ਹੋ ਗਿਆ, ਚਲੋ ਹਾਂਜੀ, ਐਲੀਵੇਟ। ਅੱਛਾ, ਕਿੰਨੀ ਕੁ ਵਾਰ ਤੁਸੀਂ ਸੈਲੀਬ੍ਰਿਟੀ ਹੋਣ ਦਾ ਫਾਇਦਾ ਚੁੱਕਿਆ ਸਕੂਲ 'ਚ? ਫਾਇਦਾ ਤਾਂ ਚੁੱਕਿਆ ਨਹੀਂ ਸਕੂਲ 'ਚ, ਸਾਰੇ ਗੋਰੇ ਜੀ ਨਹੀਂ ਨੇ, ਬਟ ਕਦੀ ਕਦੀ ਸਕੂਲ ਮਿਸ ਕਰਨ ਲਈ ਮੈਂ ਨਾ, ਸਾਡੀ ਇੱਕ ਸ਼ੀਟ ਜੀ ਹੁੰਦੀ ਹੈ, ਸਾਡਾ ਨਿਊ ਸਕੂਲ ਥੋੜ੍ਹਾ ਜਿੱਦਾਂ ਬਹੁਤ ਜ਼ਿਆਦਾ ਬੱਚੇ ਨੇ, ਸੋ ਜ਼ਿਆਦਾ ਇੱਕ ਬੰਦੇ ਨੂੰ ਨਹੀਂ ਕੰਸਨਟ੍ਰੇਟ ਕਰ ਸਕਦੇ, ਇੱਕ ਸਾਡੇ ਕੋਲ ਸ਼ੀਟ ਹੁੰਦੀ ਹੈ, ਜੇ ਤੁਸੀਂ ਕਲਾਸ ਮਿਸ ਕਰਨੀ ਹੈ, ਕੁਛ ਮਿਸ ਕਰਨੀ, ਬਸ ਰੀਜ਼ਨ ਲਿਖ ਦਿਓ ਅਤੇ ਚਲੇ ਜਾਓ। ਅੱਛਾ, ਮੈਂ ਕਦੀ ਕਦੀ ਲਿਖ ਦਿੰਦਾ ਮੇਰਾ ਸ਼ੂਟ ਚੱਲ ਰਿਹਾ, ਮੈਂ ਆ ਨਹੀਂ ਪਾਇਆ, ਜਾਂ ਇੱਦਾਂ ਦੀ ਕੋਈ ਗੱਲ ਹੋ ਜਾਂਦੀ ਹੈ, ਅਤੇ ਕਦੀ ਕਦੀ ਮੈਂ ਦੱਸ ਕੀ ਕਰਦਾ,
ਬਹੁਤ ਜ਼ਿਆਦਾ ਸਪੋਰਟਸ ਓਪਰਚੁਨਿਟੀਜ਼ ਹੈ ਸਾਡੇ ਸਕੂਲ, ਜਿੱਦਾਂ ਰਗਬੀ ਚੱਲਦੀ ਹੈ, ਰਗਬੀ ਤਾਂ ਮੈਨੂੰ ਅੱਛੀ ਨਹੀਂ ਲੱਗਦੀ, ਪਰ ਮੈਂ ਐਂ ਸਾਈਨ ਅਪ ਕਰਨ ਦਾ ਕੋਈ ਕਲਾਸ ਮਿਸ ਹੋ ਜਾਵੇ ਪ੍ਰੈਕਟਿਸ ਦੇ ਵਜ੍ਹਾ ਤੋਂ, ਸੋ ਹਾਂ ਫਿਰ ਅਸੀਂ, ਬਟ ਮੈਂ ਪ੍ਰੈਕਟਿਸ 'ਤੇ ਜਾਣਾ ਨਹੀਂ, ਮੈਂ ਬਸ ਗੇਮਾਂ 'ਤੇ ਜਾਣਾ, ਫਿਰ ਸਕੂਲ ਮਿਸ ਹੋ ਜਾਵੇ, ਸੋ ਮੈਂ ਪ੍ਰੈਕਟਿਸ ਲਿਖ ਦਿੰਦਾ, ਮੇਰਾ ਕੰਮ ਸੀ ਮਾਰਨਿੰਗ 'ਚ, ਲੇਟ ਨਾਈਟ ਵੀ ਸੀਗਾ, ਸੋ ਮੈਂ ਆ ਨਹੀਂ ਪਾਇਆ। ਜੇ ਇਸ ਕੁਐਸਚਨ ਤੋਂ ਬਾਅਦ ਡਾਂਟ ਪਈ ਤਾਂ ਸੋਰੀ ਯਾਰ। ਅੱਛਾ ਹੁਣ ਕਰਦੇ ਹਾਂ ਕੁਛ ਫੰਕਸ਼ਨ, ਤੁਹਾਨੂੰ ਮੈਂ ਦਊਂਗੀ ਕੁਛ ਘੈਂਟ ਫਿਲਮਾਂ ਦੇ ਨਾਮ, ਜੇ ਤੁਸੀਂ ਉਹਨੂੰ ਹਾਲੀਵੁੱਡ ਨਾਮ ਦੇਣਾ ਹੁੰਦਾ, ਇੰਗਲਿਸ਼ ਨਾਮ ਦੇਣਾ ਹੁੰਦਾ ਬਦਲ ਕੇ, ਤਾਂ ਕੀ ਦਿੰਦੇ? ਠੀਕ ਆ, ਸਭ ਤੋਂ ਪਹਿਲਾਂ ਜੱਟ ਨੂੰ ਚੁੜੈਲ ਟੱਕਰੀ, ਸਿੰਘ ਮੀਟ ਗੋਸਟ, ਨੋ 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 ਨੋ, ਸਿੰਘ ਸਿੰਘ ਇਨਕਾਊਂਟਰਸ ਗੋਸਟ, ਜਾਂ ਸਿੰਘ ਇਨਕਾਊਂਟਰਸ ਵਿੱਚ, ਇੱਦਾਂ ਦੀ ਕੁਛ ਗੱਲ ਹੋਈ। ਮੌਜਾ ਹੀ ਮੌਜਾ, ਫਨ ਆਲਵੇਜ਼ ਫਨ, ਫਨ ਆਲਵੇਜ਼ ਫਨ। ਯਾਰ ਮੇਰਾ ਤਿਤਲੀਆਂ ਵਰਗਾ, ਮਾਈ ਫਰੈਂਡ ਇਜ਼ ਲਾਈਕ ਅ ਬਟਰਫਲਾਈ, ਨੋ ਮਾਈ ਬੋਏਫ੍ਰੈਂਡ ਇਜ਼ ਲਾਈਕ ਅ ਬਟਰਫਲਾਈ। ਯਾ ਅੱਛਾ, ਪਾਣੀ ਚ ਮਧਾਣੀ, ਮੈਸ ਅਪ ਵਿਦ ਵਾਟਰ, ਮੈਸ ਅਪ ਜ਼ਿਆਦਾ ਕੂਲ ਹੈ। ਮੈਂ ਬਣਾਇਆ ਸੀ ਗ੍ਰਾਈਂਡਰ ਐਂਡ ਵਾਟਰ, ਗ੍ਰਾਈਂਡਰ ਐਂਡ ਵਾਟਰ। ਹਾਂ, ਜਿਹਨੇ ਮੇਰਾ ਦਿਲ ਲੁੱਟਿਆ, ਦ ਵਨ ਹੂ ਸਟੋਲ ਮਾਈ ਹਾਰਟ, ਦ ਵਨ ਹੂ ਸਟੋਲ ਮਾਈ ਹਾਰਟ, ਦ ਵਨ ਹੂ ਸਟੋਲ ਮਾਈ ਹਾਰਟ, ਫਰਾਰ, ਗੋਨ, ਗੋਨ, ਦੈਟ ਕੈਨ ਬੀ ਅ ਕਲਾਸੀ ਨੇਮ। ਯਾ ਫੇਵਰੇਟ ਪੰਜਾਬੀ ਫਿਲਮਾਂ ਅਤੇ ਸ਼ੋਜ਼ ਵੇਖਣ ਲਈ ਸਬਸਕ੍ਰਾਈਬ ਕਰੋ ਪਿਟਾਰਾ ਦਾ ਅਫੀਸ਼ੀਅਲ YouTube ਚੈਨਲ ਤੇ ਪ੍ਰੈਸ ਕਰੋ ਬੈਲ ਆਈਕਨ, ਕੋਈ ਵੀ ਲੇਟੈਸਟ ਅਪਡੇਟ ਮਿਸ ਨਾ ਕਰਨ ਲਈ।